ਸੌ ਕਿਹੜੇ ਸਥਾਨ ਚ ਗਏ ਸੋ ਹੈ ਇੰਗਲੈਂਡ 79 ਵਿੱਚ ਮੈਂ ਗਿਆ ਤਾਂ ਸੌ ਥਾ ਕਿਆ ਕਰਨੇ ਹੋ ਤਿੰਨ ਫਿਲਮਾਂ ਮੈਂ ਕੰਮ ਕੀਤਾ ਤਿੰਨ ਜਿਹੜੀਆਂ ਫਿਲਮਾਂ ਮੈਂ ਕੰਮ ਕੀਤਾ ਇੱਕ ਅਕਸ਼ੇ ਕੁਮਾਰ ਨਾਲ ਕੈਪਸੂਲ ਫੇਲ ਉਸ ਤੋਂ ਬਾਅਦ ਅਨੁਕਸ਼ਾ ਸ਼ਰਮਾ ਨਾਲ ਚੱਕ ਦਾ ਐਕਸਪ੍ਰੈਸ ਜੀ ਮਾਰੇ ਦੋਸਤੋ ਅਸਲਾਮ ਵਾਲੇਕੁਮ ਮੈਂ ਕਹਿੰਦਾ ਸਾਰੇ ਠਾਕ ਸੋ ਖੁਸ਼ ਬਾਸ਼ ਸੋ ਤਾਲਾ ਰਹੀ ਜੋ ਅਮਾਨ ਚ ਸੋ ਮੈਂ ਰਾਸ਼ਿਦ ਸ਼ਬੀਰ ਸੋ ਤਾਂ ਕਿਰੇ ਯੂਟਿਊਬ ਚੈਨਲ ਔਰ ਫੇਸਬੁੱਕ ਪੇਜ ਰਾਸ਼ਿਦ ਸ਼ਬੀਰ ਅੱਜ ਸੋਹਣੀ ਖਿਦਮਤ ਜੀ ਫਿਰ ਆ ਜਾਣਾ ਜੀ ਇੱਕ ਨਵੀਂ ਵੀਡੀਓ ਕਹਿੰਦਾ ਅੱਜ ਅਸਾਂ ਮੌਜੂਦ ਹਾਂ ਜੀ ਯੂਕੇ ਵਾਲਿਆਂ ਨਾਲ ਅੱਗੇ ਅਸਾਂ ਸੁਣਿਆ ਰਹਿਣਾ ਸੋ ਕਿ ਯੂਕੇ 'ਚ ਇਸ ਤਰ੍ਹਾਂ ਦਾ ਸਿਸਟਮ ਹੋਣਾ ਜੀ ਉੱਥੇ ਜਿਹੜੀ ਲਾਈਫ ਹੈ ਜੀ ਉਹ ਇਸ ਤਰ੍ਹਾਂ ਨਹੀਂ ਹੈ ਅਸਾਂ ਵੀ ਸੁਣਤਾ ਸੀ ਹੈ ਕਿ ਯੂਕੇ ਦੀ ਜਿਹੜੀ ਲਾਈਫ ਹੈ ਜੀ ਉਹ ਕਾਫੀ ਟਫ ਹੈ ਪਾਕਿਸਤਾਨੀ ਜਿਹੜੀ ਜ਼ਿੰਦਗੀ ਹੈ ਜੀ ਉਹ ਆਸਾਨ ਹੈ ਅਸਾਂ ਇਸ ਵਜ੍ਹਾ ਤੋਂ ਅੱਜ ਹਾਜ਼ਰ ਹੋਇਆ ਜੀ ਆਪਣੇ ਸਾਰੇ ਬਹੁਤ ਹੀ ਪਿਆਰੇ ਚਾਚਾ ਹੈ ਇਹ ਵੀ ਪਿਛਲੇ ਦਿਨ ਯੂਕੇ ਸੋ ਇੱਥੇ ਆਏ ਤਾਂ ਉਹਨਾਂ ਨਾਲ ਸਭ ਵੀ ਮੁਲਾਸਾਂ ਦਾ ਆਪੋ ਹੀ ਮਿਲਸਾਂ ਅਸਲਾਮ ਵਾਲੇਕਮ ਵਾਲੇਕਮ ਅਸਲਾਮ ਕਿਹਾ ਲੈ ਠੀਕ ਹੋ ਅੱਲਾਹ ਦਾ ਸ਼ੁਕਰ ਸਸ ਨਮਸਤੇ ਠੀਕ ਹੈ ਬੜਾ ਸਭ ਤੋਂ ਪਹਿਲੇ ਸ਼ੁਕਰ ਅਦਾ ਕਰਨੇ ਕਿ ਇਸ ਸ਼ਦੀਦ ਗਰਮੀ ਵਿੱਚ ਸਾਂ ਪਾਰੋ ਆਏ ਹੋ ਡਿਆਲ ਤੋਂ ਵੈਲਕਮ ਟੂ ਪੀਰ ਗਨੋਈ ਤੁਸੀਂ ਜਿਹੜੇ ਆਏ ਹੋ ਔਰ ਬੜੀ ਖੁਸ਼ੀ ਹੋਈ ਹੈ ਤੁਸੀਂ ਮੁਲਾਕਾਤ ਹੋਈ ਹੈ ਉਹ ਵੀ ਖੁਸ਼ੀ ਹੋਈ ਹੈ ਬਹੁਤ ਸ਼ੁਕਰੀਆ ਜੀ ਅਸਾਂ ਆਪਣਾ ਕੀਮਤੀ ਟਾਈਮ ਦਿੱਤਾ ਹੈ ਤੇ ਸਭ ਤੋਂ ਪਹਿਲਾਂ ਆਪਣਾ ਸਾਂ ਨਾਂ ਦੱਸਿਓ ਲੋ ਮੇਰਾ ਨਾਮ ਕੁਰਬਾਨ ਹੁਸੈਨ ਹੈ ਚਾਚੇ ਨਾਲ ਜ਼ਿਆਦਾ ਤਲਕ ਹੈ ਜੀ ਉਹ ਪੀਰ ਗਨੋਈ ਨਾਲ ਔਰ ਯੂਕੇ ਵੀ ਮੁਕੀਮ ਹੈ ਪਿਛਲੇ ਦਿਨ ਸਾਂ ਯੂਕੇ ਸੋ ਆਏ ਹੋ ਖੈਰੀਅਤ ਸੀ ਹੈ ਇਹ ਸਾਡੇ ਵਾਲਦ ਸਾਹਿਬ ਦੀ ਤਬੀਅਤ ਥੋੜ੍ਹੀ ਖਰਾਬ ਹੋਈ ਸੀ ਉਹਨਾਂ ਨਾਲ ਜਿਹੜਾ ਨਾ ਓਪਰੇਸ਼ਨ ਹੋਇਆ ਤਾਂ ਮਾਸ਼ਾਅੱਲਾ ਕਾਮਯਾਬ ਹੋਇਆ ਕਿਸਾ ਓਪਰੇਸ਼ਨ ਹੋਇਆ ਇਹ ਰਿਬ ਉਹਨਾਂ ਨੇ ਜਿਹੜੀ ਨਾ ਬੋਨ ਉਹ ਫ੍ਰੈਕਚਰ ਹੋਈ ਹੈ ਜ਼ਰਾ ਬੰਦਾ ਔਲਾਦ ਹੋ ਜਾ ਮੰਗਣਾ ਉਹ ਇਸਾ ਮਣੀ ਮੰਗਣਾ ਹੈ ਔਲਾਦ ਦੇ ਵਾਸਤੇ ਮਾਂ ਬਾਪ ਇੱਕ ਜੰਨਤ ਨਾ ਚਾਬੀ ਹੋਣੇ ਜੀ ਤੇ ਉਹਨਾਂ ਵਾਸਤੇ ਅਸ਼ਨਾ ਪੈਣਾ ਤਾਂ ਅਸੀਂ ਕਿਤਾਂ ਜਾ ਰਹੇ ਗਏ ਇੱਥੇ ਆਇਆ ਤਕਰੀਬਨ 5 ਦਿਨ 5 ਦਿਨ ਗਏ ਤਾਂ 5 ਦਿਨ ਸੋਣਾ ਕਿਆ ਕਿਆ ਕੀਤਾ ਹੈ 5 ਦਿਨ ਉਹਨਾਂ ਨੇ ਲੁੱਕ ਆਫਟਰ ਕੀਤੀ ਹੈ ਮੇਨਲੀ ਰਾਤੀ ਜਾਰੀ ਅਸੀਂ ਜਾਗਣਾ ਪੈਣਾ ਕਿਉਂਕਿ ਜਿਹੜਾ ਆਪਰੇਸ਼ਨ ਹੋਣਾ ਉਹ ਡੰਗੇ ਸ਼ਿੰਗੇ ਲਾਣੇ ਉਹ ਟਿੱਕੇ ਵੀ ਲਾਣੇ ਜ਼ਾਹਿਰ ਹੈ ਤਾਂ ਉਹਨਾਂ ਨੇ ਬਈ ਕੋਈ ਟੈਨਸ਼ਨ ਨਾ ਹੋ ਜਾਏ ਡੰਗੇ ਟੁੱਟੀ ਨਾ ਜਾਣ ਉਹਨੇ ਜਗਾਉਣਾ ਪੈਣਾ ਮਜ਼ੀਦ ਜ਼ਿਆਦਾ ਰਾਤੀ ਜਾਗਣਾ ਪੈਣਾ ਜ਼ਰਾ ਜੀ ਵਾਲਦੇ ਵਾਸਤੇ ਔਲਾਦ ਜਿਹੜੀ ਹੈ ਸਭ ਤੋਂ ਬੜੀ ਦੌਲਤ ਜਿਹੜੀ ਹੋਣੀ ਨਾ ਉਹ ਔਲਾਦ ਹੀ ਹੋਣੀ ਹੈ ਬਿਲਕੁਲ ਅਸਾਂ ਅੱਜ ਟਾਈਟਲ ਕਿੰਨਾ ਹਾਜ਼ਰ ਹੋਇਆ ਜੀ ਉਹ ਅਸਾਂ ਯੂਕੇ ਲਾਈਫ ਦੇ ਬਾਰੇ 'ਚ ਕਿੰਨਾ ਹਾਜ਼ਰ ਹੋਇਆ ਕਿ ਸਾਡੇ ਥਾਂ ਉਹਨੇ ਵਾਲਦੇ ਮਤਲਬ ਆਪਣੇ ਬੱਚਿਆਂ ਦੀ ਬੜੀਆਂ ਕਰਨੇ ਸਾਹਿਬ ਉਹਨਾਂ ਨੇ ਵਕਤ ਅੱਛਣਾ ਉਹਨਾਂ ਨੇ ਦੇਖਭਾਲ ਕਰਨੇ ਆ ਤਾਂ ਅਸਾਂ ਉਹਨੇ ਭੇਜੀ ਹੋਣੇ ਆ ਯੂਕੇ ਇਹ ਜੀ ਅਸਾਂ ਨੇ ਜਿਹੜਾ ਬਚਪਨ ਹੋਣਾ ਸਾਡੇ ਮਾਂ ਬਾਪ ਅਸੀਂ ਪਰਵਰਿਸ਼ ਕਰਨੇ ਹਨ ਫਿਰ ਸਾਰਾ ਫਿਊਚਰ ਬਣਨ ਵਾਸਤੇ ਅਸੀਂ ਯੂਕੇ ਵਿੱਚ ਭੇਜਣਾ ਤਾਂ ਸਾਰਾ ਵੀ ਕੰਮ ਬਣਨਾ ਜਿਹਦਾ ਵੀ ਉਹਨਾਂ ਉੱਪਰ ਕੋਈ ਔਖਾ ਵਕਤ ਅੱਛਾ ਤਾਂ ਇਹਨਾਂ ਤੱਕਾਂ ਵੀ ਪੈਸਾ ਜਾਂ ਦੌਲਤ ਕਮਾਉਣੀ ਹੈ ਜਾਂ ਸਾਡੀ ਔਲਾਦ ਜਾਂ ਇੱਧਰ ਉੱਧਰ ਅਸਾਂ ਫਟੋਫਟ ਪੁੱਛਦੇ ਹਾਂ ਕਿ ਸਾਰੇ ਉਹ ਮਾਂ ਬਾਪ ਨੇ ਮਾਂ ਬਾਪ ਉਹਨਾਂ ਤੋਂ ਅੱਗੇ ਕੋਈ ਚੀਜ਼ ਨਹੀਂ ਤਾਂ ਕਿਹੜੇ ਸਥਾਨ ਚ ਗਏ ਸੋ ਹੈ ਇੰਗਲੈਂਡ 79 ਵਿੱਚ ਮੈਂ ਗਿਆ ਤਾਂ ਕਿਸਾ ਗਏ ਸੋ ਹੈ ਅਸਾਂ ਗਏ ਸਾਂ ਫੁੱਫੀ ਨੇ ਪੁੱਤਰ ਅਸਾਂ ਕਿ ਸਪੌਂਸਰ ਕੀਤਾ ਸੀ ਤਾਂ ਉਹਨਾਂ ਨਾਲ ਅਸਾਂ ਗਏ ਸੀ ਤਾਂ ਇੱਥੋਂ ਜਿਸ ਅਸਾਂ ਉੱਥੇ ਗਏ ਹੋ ਤਾਂ ਤੁਸਾਂ ਕੀ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਬਹੁਤ ਜ਼ਿਆਦਾ ਮੁਸ਼ਕਿਲਾਂ ਕਿਉਂਕਿ ਨਵਾਂ ਮਾਹੌਲ ਹੋਣਾ ਉੱਥੇ ਐਡਜਸਟ ਹੋਣਾ ਉਸ ਤੋਂ ਬਾਅਦ ਪੜ੍ਹਾਈ ਕੀਤੀ ਹੈ ਥੋੜ੍ਹੀ ਜਿਹੀ ਫਿਰ ਕੰਮ ਕਾਜ ਫਿਰ ਮੁੜਦਾ ਇੱਥੇ ਵਾਸਤੇ ਮਤਲਬ ਉਹ ਦੌਰ ਜਿਹੜਾ ਉਹ ਮਜ਼ੀਦ ਲੰਬਾ ਕਿਉਂਕਿ ਉਸਦੀ ਸਟੋਰੀ ਜੇ ਮੈਂ ਬਣਾ ਤਾਂ ਬਹੁਤ ਲੰਬੀ ਹੋ ਜਾਂਦੀ ਤਾਂ ਉਸ ਦੀ ਉਮਰ ਸਾਨੂੰ ਕਿਤਨੀ ਸੀ ਯਾਰ ਉਹਨਾਂ ਵਾਲੀ 9 ਸਾਲ ਉਮਰ ਸੀ ਤਾਂ ਅੱਜ ਕਿਤਨੀ ਹੈ ਅੱਜ 54 ਸਾਲ ਉਮਰ ਹੈ 54 ਸਾਲ ਤਕਰੀਬਨ ਸਾਨੂੰ 45 ਸਾਲ ਹੋ ਗਏ ਯੂਕੇ ਵਿੱਚ ਬਿਲਕੁਲ 45 ਸਾਲ ਤਾਂ ਯੂਕੇ ਵਿੱਚ ਕਿਆ ਚੇਂਜਿੰਗ ਸਾਂ ਤੱਕ ਕੀਆ ਤਾਂ ਪਾਕਿਸਤਾਨ ਵਿੱਚ ਚੇਂਜਿੰਗ ਕਿਆ ਤੱਕ ਕੀਆ ਸਾਂ 45 ਸਾਲਾਂ ਵਿੱਚ 45 ਸਾਲਾਂ ਵਿੱਚ ਪਾਕਿਸਤਾਨ ਵਿੱਚ ਕੋਈ ਚੇਂਜਿੰਗ ਨਹੀਂ ਹੋਈ ਮਜ਼ੀਦ ਪਾਕਿਸਤਾਨ ਪਿੱਛਾ ਜਾ ਗਿਆ ਲੇਕਿਨ ਯੂਕੇ ਵਿੱਚ ਇਤਨੀ ਤਰੱਕੀ ਹੋਈ ਹੈ ਕਿ ਤੁਸੀਂ ਸਬਰ ਹੀ ਨਾ ਕਰ ਸਕਦੇ ਪਾਕਿਸਤਾਨ ਕਿਸ ਲਿਹਾਜ਼ ਨਾਲ ਪਿੱਛਾ ਗਿਆ ਪਾਕਿਸਤਾਨ ਜਿਹੜਾ ਵੀ ਅਸਾਂ ਅਛਨੇ ਹਾਂ ਔਰ ਤੱਕਣੇ ਹਾਂ ਵੀ ਉਹ ਮਾਹੌਲ ਪੋਲੀਟਿਕ ਦੇ ਹਵਾਲੇ ਨਾਲ ਕਿਉਂਕਿ ਮੈਂ ਪੋਲੀਟੀਕਲ ਜਾਣਨਾ ਨਾ ਜਾਣਾ ਕਿਉਂਕਿ ਉੱਧਰ ਮਜ਼ੀਦ ਫਿਰ ਜ਼ਿਆਦਾ ਆਪਣਾ ਵਤਨ ਜਿਹੜਾ ਹੋਣਾ ਨਾ ਸਪੈਸ਼ਲੀ ਸਾਡਾ ਕਸ਼ਮੀਰ ਉਹ ਇੱਕ ਜੰਨਤ ਨਜ਼ੀਰ ਹੈ ਇਸਨੇ ਪਰ ਕੋਈ ਵੀ ਕੰਮ ਨਹੀਂ ਕਰੀ ਸਕਿਆ ਇਹ ਤੁਸੀਂ ਯੂਟਿਊਬਰ ਜਿਹੜੇ ਨੇ ਇਹਨਾਂ ਦੇ ਥਰੂ ਜਿਹੜਾ ਨਾ ਹੁਣ ਜ਼ਿਆਦਾ ਪ੍ਰਮੋਸ਼ਨ ਹੋਈ ਹੈ ਲੇਕਿਨ ਜੇ ਅਸਾਂ ਹਾਂ ਵੀ ਕੁਛ ਹੈ ਮਜ਼ੀਦ ਇਸ ਇਹ ਕਸ਼ਮੀਰ ਦੀ ਤਰੱਕੀ ਕਰਨ ਵਾਸਤੇ ਕੁਛ ਹੈ ਕੋਈ ਕੰਮ ਨਹੀਂ ਕੀਤਾ ਤਾਂ ਤੁਸੀਂ ਕਿਆ ਸਮਝਿਆ ਇੰਗਲੈਂਡ ਦੀ ਜ਼ਿੰਦਗੀ ਬਿਹਤਰ ਹੈ ਜਾਂ ਪਾਕਿਸਤਾਨ ਦੀ ਜ਼ਿੰਦਗੀ ਬਿਹਤਰ ਹੈ ਫਾਈਨੈਂਸ਼ੀਅਲ ਵਾਈਜ਼ ਇੰਗਲੈਂਡ ਹੀ ਬਿਹਤਰ ਹੈ ਅਤੇ ਇੱਥੇ ਗਰੀਬੀ ਔਲਾਦ ਜਿਹਨਾਂ ਨੇ ਜਿਹੜੇ ਗਰੀਬ ਲੋਕ ਉਹਨਾਂ ਵਾਸਤੇ ਬਹੁਤ ਮੁਸ਼ਕਲ ਹੈ ਤਾਂ ਅੱਜ ਕੱਲ੍ਹ ਆਹ ਕਿ ਇੰਗਲੈਂਡ ਜਿਹੜਾ ਹੈ ਨਾ ਜੀ ਉਹ ਵੀ ਮੁਸ਼ਕਲ ਹੈਗੀ ਆ ਕਿਉਂਕਿ ਉੱਥੇ ਉਹਨਾਂ ਕੰਮ ਵਗੈਰਾ ਰਹੇ ਪਾਉਣੀ ਕੋਈ ਮੁਸ਼ਕਲ ਨਹੀਂ ਇਹ ਗਲਤ ਖਬਰਾਂ ਕਿਉਂਕਿ ਇਤਨਾ ਕੰਮ ਹੈ ਕਿ ਤੁਸੀਂ ਸਬਰ ਨਹੀਂ ਕਰ ਸਕਦੇ ਮਿਹਨਤ ਕਸ਼ ਜਿਹੜੇ ਲੋਕ ਨੇ ਜੇ ਸਪੈਸ਼ਲੀ ਪਾਕਿਸਤਾਨੀ ਜਾਂ ਕਸ਼ਮੀਰੀ ਅਸਾਂ
ਉਹਨਾਂ ਵਾਸਤੇ ਬਹੁਤ ਜ਼ਿਆਦਾ ਕੰਮ ਹੈ, ਜ਼ਿਆਦਾ ਤਾਂ ਕਾਰੋਬਾਰ ਵਿੱਚ ਅਸਾਂ ਰਹੇ ਹਾਂ। ਤੁਸੀਂ ਕੋਈ ਵੀ ਕਾਰੋਬਾਰ ਖੋਲ੍ਹੋ ਔਰ ਕਾਰੋਬਾਰ ਵਿੱਚ ਜਿੰਨੀ ਬਰਕਤ ਹੈ ਉੱਥੇ ਵੀ। ਆਪਣਾ ਇਹ ਚਾਹੁੰਦਾ ਕਿ ਅਗਰ ਬੰਦਾ ਮਿਹਨਤੀ ਹੈ ਉਹ ਕੁਦਰਤ ਵੀ ਕਮਯਾਬ, ਕੁਦਰਤ ਵੀ ਕਮਯਾਬ, ਅਗਰ ਨਕਮਾ ਹੈ ਨਖੱਟੂ ਹੈ ਔਰ ਇੱਥੇ ਵੀ ਨਕਾਮ ਹੈ ਉੱਥੇ ਵੀ ਨਕਾਮ, ਉੱਥੇ ਵੀ ਨਕਾਮ ਹੈ। ਬਿਲਕੁਲ। ਤਾਂ ਕਦੀ ਸਾਨੂੰ ਐਸਾ ਸਿਸਟਮ ਹੋਇਆ ਕਿ ਤੁਸੀਂ ਬਾਈ ਰੋਡ ਪਾਕਿਸਤਾਨ ਆਏ ਹੋ? ਨਹੀਂ ਅਜਿਹਾ ਹੋਇਆ, ਲੇਕਿਨ ਪਲਾਨਿੰਗ ਅਸਾਂ ਕੀਤੀ ਹੈ ਸਾਰੇ ਬੱਚਿਆਂ ਵੀ ਔਰ ਸਾਰੇ ਜਿਹੜੇ ਦੋਸਤ ਯਾਰ, ਲੇਕਿਨ ਮਸਰੂਫੀਆਤ ਦੀ ਵਜ੍ਹਾ ਚੋਂ ਅਸਾਂ ਨਾ ਆ ਸਕੇ, ਕਿਉਂਕਿ ਬਿਜ਼ਨਸ ਐਸਾ ਸੀ ਕਿ ਉੱਥੋਂ ਨਿਕਲਣਾ ਬੜਾ ਮੁਸ਼ਕਿਲ ਸੀ। ਤਾਂ ਤੁਸੀਂ ਉੱਥੇ ਕਿਆ ਕਰਨੇ ਹੋ? ਅਸਾਂ ਸਭ ਤੋਂ ਪਹਿਲੇ 22 ਸਾਲ ਮੈਂ ਵੀਡੀਓ ਬਿਜ਼ਨਸ ਕੀਤਾ, ਇਹ ਵੀਡੀਓ ਫਿਲਮਿੰਗ ਬਿਜ਼ਨਸ। ਅੱਛਾ, ਠੀਕ ਹੈ ਨਾ। ਉਸ ਤੋਂ ਬਾਅਦ 12 ਸਾਲ ਜਿਹੜਾ ਨਾ ਮੈਂ ਟੇਕ ਅਵੇ ਕੀਤਾ ਸ਼ਾਨ ਪੀਜ਼ਾ। ਠੀਕ, ਤੁਸੀਂ ਕਿਹੜਾ ਕੰਮ ਇਹਨਾਂ ਜਦੋਂ ਪਸੰਦ ਕੀਤਾ? ਇਹ ਸ਼ਾਨ ਪੀਜ਼ਾ। ਤਾਂ ਬਾਕੀ ਸਾਨੂੰ ਬਜਾ ਕੇ ਮੈਂ ਉੱਥੇ ਫਿਲਮਾਂ ਵੀ ਕੰਮ ਕਰਨਾ ਰਿਹਾ। ਬਿਲਕੁਲ, 3 ਫਿਲਮਾਂ ਮੈਂ ਕੰਮ ਕੀਤਾ। ਕਿਹੜੀ ਕਿਹੜੀ ਫਿਲਮਾਂ ਕੰਮ ਕੀਤਾ? ਇੱਕ ਅਕਸ਼ੇ ਕੁਮਾਰ ਨਾਲ ਕਪਸੂਲ ਖੇਲ, ਉਸ ਤੋਂ ਬਾਅਦ ਅਨੁਕਸ਼ਾ ਸ਼ਰਮਾ ਨਾਲ ਚੱਕ ਦਾ ਐਕਸਪ੍ਰੈਸ, ਉਸ ਤੋਂ ਬਾਅਦ ਬਾਡ ਬੋਇਜ਼, ਇਹ ਪੰਜਾਬੀ ਮੂਵੀ ਹੈ। ਅੱਛਾ। ਇਹ 1940 ਉਸ ਮੌਜੂ ਪਰ ਉਹਨਾਂ ਬਣਾਈ ਹੈ ਉੱਥੇ ਇੰਗਲੈਂਡ ਵਿੱਚ, ਜਿਹੜਾ ਬਕਸਰ ਹੋਣੇ ਉੱਥੋਂ ਜਿਹੜਾ ਵੀਡੀਓ ਰਿਲੀਜ਼ ਹੋਈਆਂ, ਤਕਰੀਬਨ 1.5 ਸਾਲ ਲੱਗੀ ਦਾ ਸੀ ਉਹ ਲੱਥੋਂ ਤੱਕ ਸੋ। ਅਤੇ ਇੱਕ ਵਿੱਚ ਜਿਹੜਾ ਮੈਂ ਮਾਈਨਰ ਨਾਲ ਰੋਲ ਹੈ, ਜਿਹੜਾ ਮਾਈਨ ਹੋਣੀ ਹੈ ਕੋਲ ਮਾਈਨ, ਉੱਥੇ ਸਾਰੀਆਂ ਫਾਮੀਆਂ ਫਸੀ ਜਾਣੀਆਂ, ਤਾਂ ਉਹ ਵੀ ਮੈਨੂੰ ਜ਼ਬਰਦਸਤ ਰੋਲ ਸੀ। ਤਾਂ 3 ਜਿਹੜੀ ਹੈ ਉਹ ਅਨੁਕਸ਼ਾ ਸ਼ਰਮਾ ਨਾਲ ਜਿਹੜੀ ਹੈ ਉੱਥੇ ਮੈਂ ਇੱਕ ਬਾਡੀਗਾਰਡ ਬਣਾਇਆ ਸੀ। ਬਿਲਕੁਲ, ਮੈਂ ਜ਼ਿਲ੍ਹਾ ਇਸ ਵਾਰੀ ਐਮਰਜੈਂਸੀ ਆਇਆ, ਕਿਉਂਕਿ ਵਾਲਦ ਸਾਹਿਬ ਦੀ ਤਬੀਅਤ ਨਹੀਂ ਵਜ੍ਹਾ ਤੋਂ ਸਾਨੂੰ ਜਲਦੀ ਆ ਗਿਆ, ਲੇਕਿਨ ਜਿਸ ਤਰ੍ਹਾਂ ਵਾਲੇ ਬੱਚੇ ਮੁਹੱਬਤ ਕਰ, ਜਿਸ ਤਰ੍ਹਾਂ ਮੈਂ ਕਰਦਾ ਨਾ ਮੁਹੱਬਤ ਆਪਣੇ ਕਸ਼ਮੀਰ ਨਾਲ, ਬੱਚੇ ਵੀ ਉਤਨੀ ਮੁਹੱਬਤ ਕਰਨੇ। ਅਸਾਂ ਸਰ ਆਪਣਾ ਪਹਿਲੇ ਕਸ਼ਮੀਰ ਵਿਜ਼ਿਟ ਕਰਾਉਣੇ, ਆਪਣਾ ਇਲਾਕਾ ਜਿਹੜਾ ਰਾਵਲਾ ਕੋਟ, ਮੁਜ਼ੱਫਰਾਬਾਦ ਔਰ ਅਪਲੀ ਕੋਟਲੀ ਹੋ ਗਈ, ਨਕਿਆਲ ਸਾਈਡ, ਪੰਜੋਸਾ ਵਗੈਰਾ, ਇਹ ਬਹੁਤ ਪਿਆਰੀਆਂ ਜਗ੍ਹਾ ਹਨ, ਅਤੇ ਉਹ ਬੜਾ ਇੰਜੋਏ ਕਰਨੇ ਅੰਦਰ। ਸਭ ਤੋਂ ਜ਼ਿਆਦਾ ਜਿਹੜਾ ਇਲਾਕੇ ਸਭ ਪੀਰੀਅਡ, ਕਿਹੜਾ ਇਲਾਕਾ ਸਭ ਪਸੰਦ ਕੀਤਾ ਹੈ? ਮੈਂ ਪਰਸਨਲੀ ਮੈਂ ਸਵਾਦ ਬਹੁਤ ਪਸੰਦ ਕੀਤਾ। ਸਵਾਦ ਜੀ, ਕਿਸ ਲਿਹਾਜ਼ ਨਾਲ? ਕਿਉਂਕਿ ਉੱਧਰ ਜਿਹੜਾ ਪਾਣੀ ਆ ਉਹ ਬਰਫਾਂ ਦਾ ਪਾਣੀ ਅਛਣਾ, ਅਤੇ ਉੱਧਰ ਦੀਆਂ ਜਿਹੜੀਆਂ ਨਹਿਰਾਂ ਚਸ਼ਮੇ ਜਿਹੜੇ ਉਹ ਪਹਾੜੀ ਦਾ ਪਾਣੀ ਹੋਣਾ, ਤਾਂ ਪਤਾ ਲੱਗ ਰਿਹਾ ਦੁੱਧ ਆਈ ਰਿਹਾ। ਬਿਲਕੁਲ, ਉਹ ਵੀ ਬਹੁਤ ਪਸੰਦ ਆਇਆ। ਅਸਾਂ ਦੇਖਣ ਇੰਗਲੈਂਡ ਨੇ ਜਾਂ ਯੂਰਪ ਨੇ ਇਲਾਕੇ, ਉੱਥੋਂ ਜਿਹੜਾ ਤਕਰੀਬਨ ਨਾ ਤਿਆਰ ਕੀਤਾ ਹੋਣਾ, ਮਸਲੀ ਤਿਆਰ ਹੋਣਾ, ਭੋਨਾ ਤਿਆਰ ਕੀਤਾ ਹੋਣਾ, ਇੱਥੇ ਜਿਹੜਾ ਨਾ ਕੁਦਰਤੀ ਸਿਸਟਮ ਹੈ, ਓਰੀਜਨਲ ਸਿਸਟਮ ਹੈ, ਤਾਂ ਫਿਰ ਉਹ ਜਿਹੜੇ ਇਲਾਕੇ ਆਏ ਨਾ ਅਸਾਂ ਜੀ ਜ਼ਿਆਦਾ ਅਟਰੈਕਟਿਵ ਲੱਗਣਾ, ਖੂਬਸੂਰਤ ਲੱਗਣਾ। ਸਰ ਕਸ਼ਮੀਰ ਜਾਂ ਕੋਈ ਖੂਬਸੂਰਤ ਇਲਾਕਾ ਪੂਰੀ ਦੁਨੀਆ 'ਚ ਹੋਣੀ, ਲੇਕਿਨ ਇਸੀ ਪ੍ਰਮੋਟ ਕੀਤਾ ਜਾਏ, ਮਜ਼ੀਦ ਪ੍ਰਮੋਟ ਕੀਤਾ ਜਾਏ, ਤਾਂ ਫਿਰ UK ਨੇ ਜਿਹੜੇ ਸਾਰੀ ਔਲਾਦਾਂ, ਜਿਹੜੇ ਸਾਡੇ ਆਉਣ ਵਾਲੀਆਂ ਨਸਲਾਂ, ਉਹ ਸਪੇਨ, ਮੋਰੋਕੋ ਜਾਂ ਤੁਰਕੀ ਜਾਣੇ ਤੋਂ ਪਹਿਲੇ ਉਹਨਾਂ ਦੀ ਪ੍ਰਾਇਓਰਟੀ ਹੋਣੀ ਹੈ ਆਪਣਾ ਕਸ਼ਮੀਰ, ਆਪਣਾ ਘਰ। ਤਾਂ ਕਿਆ ਸਮਝਣੇ ਅਸਾਂ ਬਾਹਰ ਮੁਲਕਾਂ ਨੇ ਜੀ, ਵਿਸ ਤਰ੍ਹਾਂ ਜੀ ਇੱਥੇ ਕਿਸ ਹੈ? ਅਸਾਂ ਤੁਸਾਂ ਨੇ ਥੋੜ੍ਹਾ ਸਾ ਪ੍ਰਮੋਸ਼ਨ ਦੇ ਸਕਦੇ ਹਾਂ, ਲੇਕਿਨ ਇੱਥੇ ਨੇ ਜਿਹੜੀ ਗਵਰਨਮੈਂਟ ਹੈ ਨਾ ਆਜ਼ਾਦ ਕਸ਼ਮੀਰ ਨੇ ਗਵਰਨਮੈਂਟ ਕੀ ਮਜ਼ੀਦ ਕੰਮ ਕਰਨਾ ਚਾਹੀਦਾ, ਕਿਉਂਕਿ ਰੋਡ ਵਰਕਸ ਵੈਰੀ ਇੰਪੋਰਟੈਂਟ, ਪਾਰਕਾਂ ਹੋਈ ਗਈਆਂ, ਉਸ ਤੋਂ ਬਾਅਦ ਜਿਹੜੇ ਉੱਥੋਂ ਬੱਚੇ ਸੀ ਉਹਨਾਂ ਵਾਸਤੇ ਫੈਸਿਲਿਟੀਆਂ ਹੋਈ ਗਈਆਂ, ਇੰਪੋਰਟੈਂਟ ਇਹ ਹੋਣੀਆਂ। ਅਸਰ ਇੱਥੇ ਤੱਕ ਕਿਹਾ ਕੁਝ ਸਾਰੀਆਂ ਫੈਮਲੀਆਂ ਜਿਹੜੀਆਂ ਆਈਆਂ ਉਹਨਾਂ ਨੇ ਬੱਚੇ ਜਿਹੜੇ ਹੈ ਨਾ ਉਹ ਪਾਕਿਸਤਾਨ ਅੱਛਾ ਪਸੰਦ ਨਹੀਂ ਕਰਨੇ, ਇਸੇ ਵਜ੍ਹਾ ਤੋਂ, ਕਿਉਂਕਿ ਜਿਹੜਾ ਇੱਥੇ ਤੱਕਣੇ ਨੇ, ਇੱਥੇ ਦਾ ਮਾਹੌਲ, ਜਿਹੜਾ ਦੁਕਾਨਾਂ ਦਾ ਸਿਸਟਮ ਹੋ ਗਿਆ, ਸ਼ੋਪਿੰਗ ਇੱਧਰ ਉੱਧਰ, ਪੁਲਿਸ ਦਾ ਸਿਸਟਮ ਮਜ਼ੀਦ ਠੀਕ ਕਰਨਾ ਪਿਆ ਸੀ, ਔਰ ਡਰਾਈਵਿੰਗ ਨਾਲ ਜਿਹੜਾ ਡਰਾਈਵਿੰਗ ਇੱਥੇ ਕਰਨੇ ਬੱਚੇ, ਉਹ ਕੋਈ ਨਹੀਂ ਤੱਕਣੇ ਅੱਗੇ ਪਿੱਛੇ, ਤਾਂ ਸਪੀਡ ਮਜ਼ੀਦ ਇਸਨੇ ਵਾਸਤੇ ਬਹੁਤ ਜ਼ਿਆਦਾ ਕੰਮ ਚਾਹੀਦਾ। ਸਾਨੂੰ ਕਿਆ ਸਮਝਿਆ ਔਨਲਾਈਨ ਕਿਹੜੀਆਂ ਚੀਜ਼ਾਂ ਵਿੱਚ ਅੱਗੇ ਸਾਰੇ ਸੁਣਦਾ, ਸਾਨੂੰ ਕਿਹੜੀਆਂ ਚੀਜ਼ਾਂ ਵਿੱਚ ਪਿੱਛੇ? ਅਸਾਂ ਬਹੁਤ ਪਿੱਛੇ, ਹਰ ਲਿਹਾਜ਼ ਨਾਲ ਅਸਾਂ ਪਿੱਛੇ, ਹੁਣ ਉਹ ਹਰ ਲਿਹਾਜ਼ ਨਾਲ ਅੱਗੇ ਹਨ, ਹਰ ਚੀਜ਼, ਓਨੈਸਟੀ, ਇਨਸਾਫ ਔਰ ਝੂਠ, ਫਰੇਬ, ਇਨਸਾਨੀਅਤ, ਇਹ ਮੁਸਲਮਾਨ ਵਿੱਚ ਹੋਣੀ ਚਾਹੀਦੀ ਹੈ, ਉਹ ਸਾਰੀਆਂ ਖੂਬੀਆਂ ਉਹਨਾਂ ਵਿੱਚ, ਅੰਗਰੇਜ਼ਾਂ ਵਿੱਚ, ਜਿਹੜੀਆਂ ਅਸਾਂ ਵਿੱਚ ਹੋਣੀਆਂ ਚਾਹੀਦੀਆਂ ਉਹ ਉਹਨਾਂ ਚੀਜ਼ ਦੀਆਂ, ਤਰੱਕੀ ਇਸ ਬਾਰੇ ਉਹ ਕਰੀਦੀ ਹੈ। ਸੋ ਲੈ ਪਾਕਿਸਤਾਨ ਵੀ UK ਨਾਲ ਵੀ ਆਇਆ, ਅਗਰ ਤੁਸੀਂ ਦੋਵਾਂ ਚੋਂ ਇੱਕ ਵੀ ਚੋਇਸ ਦਿੱਤੀ ਜਾਏ ਤਾਂ ਤੁਸੀਂ ਕਿਆ ਸਿਲੈਕਟ ਕਰ ਸਕਦੇ? ਸਰ UK ਕਰ ਸਕਦੇ ਜਾਂ ਪਾਕਿਸਤਾਨ ਕਰ ਸਕਦੇ? ਓਬਵੀਅਸਲੀ ਪਾਕਿਸਤਾਨ ਕਰਸਾਂ, ਸਭ ਤੋਂ ਪਹਿਲੇ ਕਸ਼ਮੀਰ ਜਿੱਥੇ ਅਸਾਂ ਪੈਦਾ ਹੋਇਆ, ਜੀ ਮਾਂ ਬਾਪ ਸਾਰੇ ਇੱਥੇ ਉਹਨਾਂ ਜ਼ਿੰਦਗੀ ਗੁਜ਼ਾਰੀ ਹੈ, ਸਾਰੇ ਦਾਦੇ, ਸਾਰੇ ਪੜਦਾਦੇ,
ਸਾਰੀਆਂ 6 ਨਸਲਾਂ ਇੱਥੇ ਉਹਨਾਂ ਮੁਹੱਬਤ ਕੀਤੀ ਆ ਉਸ ਮਿੱਟੀ ਨਾਲ ਅਸੀਂ ਬਹੁਤ ਪਿਆਰ ਇਹ ਜਿਹੜੀ ਮਿੱਟੀ ਹੈ ਨਾ ਕਸ਼ਮੀਰੀ ਇਸ ਨਾਲ ਅਸਾਂ ਇਤਨਾ ਪਿਆਰ ਕਰਦੇ ਕਿ ਸਭ ਨੇ ਕਰ ਸਕਦੇ ਅਸਾਂ ਨੇ ਸਵੇਰੇ ਉੱਠਾਂ ਤਾਂ ਕਸ਼ਮੀਰ ਪਹੁੰਚ ਜਿਹੜੀਆਂ ਸਾਰੀਆਂ ਫੈਮਲੀਆਂ ਆਨਲਾਈਨ ਚਲੀ ਜਾਣੀਆਂ ਆ ਕਿੱਧਰ ਤਕਰੀਬਨ ਜੀ 50 ਸਾਲ ਹੋ ਗਏ ਕਈ 40 ਸਾਲ ਹੋ ਗਏ ਜਿਹੜੇ ਪਾਕਿਸਤਾਨ ਅੱਛਾ ਨਹੀਂ ਬਣਿਆ ਉਹਨਾਂ ਨੇ ਕਿਆ ਰਾਸ ਹੋਏ ਉਹਨੇ ਇਹ ਆਖਸਾਂ ਕਿ ਅੱਛੋ ਔਰ ਇੱਥੇ ਨਾ ਨਿਜ਼ਾਮ ਇਨਸਾਫ ਨਾਲ ਨਿਜ਼ਾਮ ਜਿਹੜਾ ਬਿਹਤਰ ਹੋਇਆ ਇਹ ਜੀ ਕੋਈ ਵੀ ਮੁਲਕ ਹੀ ਜਾਣੇ ਜਿਹੜਾ ਇਨਸਾਫ ਇੱਥੇ ਪਾਕਿਸਤਾਨ ਵਿੱਚ ਜਿਹੜਾ ਇਨਸਾਫ ਸ਼ੁਰੂ ਹੋ ਗਿਆ ਨਾ ਉਹਦਾ ਸਾਰੇ ਇਨਸ਼ਾਅੱਲਾ ਇਸ ਇੱਥੇ ਚਾਚੇ ਨਾਲ ਗੱਪ ਹੋਈ ਰਹੀ ਸੀ ਆ ਅਤੇ ਚਾਚੇ ਨਾਲ ਸਾਂ ਤੱਕ ਹੋਇਆ ਗਰ ਪੂਰਾ ਇੱਥੇ ਮਾਹੌਲ ਬਣਾਈ ਉੜਿਆ ਜੀ ਪੁਰਾਣੀਆਂ ਯਾਦਾਂ ਇਹਨਾਂ ਇੰਨਾ ਤਾਜ਼ਾ ਕਰੀ ਹੋਈਆਂ ਸਾਂ ਤੱਕ ਸਵੇਰੇ ਸਮੋਸੇ ਸਮੋਸਿਆਂ ਨਾਲ ਚਟਨੀ ਉਸ ਤੋਂ ਬਾਅਦ ਸਲੂਹਣੇ ਚਾਵਲ ਉਸ ਨਾਲ ਮਿੱਠੇ ਚਾਵਲ ਤਾਂ ਇਹ ਜਿਹੜੀ ਸਾਂ ਤੱਕ ਹੋਇਆ ਗਰ ਤਾਂ ਜੀ ਇਹ ਚੀਜ਼ਾਂ ਪੀਆਂ ਹੋਣਾ ਜੀ ਪੁਰਾਣੇ ਦੌਰ ਦੀਆਂ ਪਲੇਟਾਂ ਵਿੱਚ ਪੀਆਂ ਹੋਈਆਂ ਇਹ ਸਰ ਸਾਰੀ ਸ਼ਾਦੀ ਮਾੜੀ ਬੁੱਢੀ ਕੀ ਦਾਜ ਰੱਬਾ ਸੀ ਆਪਣੇ ਪੇਕਿਆਂ ਨੇ ਦਾਜ ਦਿੱਤਾ ਸੀ ਉਸ ਦਾਜਿਆਂ ਨੇ ਗਲਾਸ 1987 ਵਿੱਚ ਸਾਰੀ ਸ਼ਾਦੀ ਹੋਈ ਸੀ 87 13 ਦਾ 13 26 ਦਾ 26 ਜੀ 10 ਹੋਰ ਬਈ ਰੋ ਉਸ ਵੇਲੇ ਨਹੀਂ ਰੱਖੀਆਂ ਅਸਾਂ ਸਾਂਭੀ ਤੈ ਤੇ ਮਾਸ਼ਾਅੱਲਾ ਗਲਾਸ ਵੀ ਤੱਕ ਕਿਨੋ ਪਤਾ ਕੋ ਲੱਗਣਾ ਕਿ 36 ਸਾਲ ਦੀ ਸੀ ਹੈ 36 ਸਾਲ ਦੀ ਗਲਾਸ ਤੇ ਮੈਂ ਚਾਚਾ ਸੀ ਪਾਣੀ ਪੀਣ ਤੋਂ ਪੁਰਾਣਾ ਦਾਜ ਨਾ ਜਿਹੜਾ ਹੈ ਨਾ ਉਹ ਉਸ ਦੀਆਂ ਯਾਦਾਂ ਜਿਹੜੀਆਂ ਆਈਆਂ ਉਹ ਤਾਜ਼ੀਆਂ ਹੋ ਪੁਰਾਣੀ ਯਾਦ ਮਾਸ਼ਾਅੱਲਾ ਅਲਹਮਦੁਲਿਲਾ ਮੁਹੱਬਤ ਨੇ ਸ਼ਾਦੀ ਕੀਤੀ ਸੀ ਮਾਸ਼ਾਅੱਲਾ ਔਰ ਉਹ ਮੁਹੱਬਤ ਅਜੇ ਕਾਇਮ ਹੈ ਅਲਹਮਦੁਲਿਲਾ ਤਾਲ ਕਾਇਮ ਰੱਖਿਆ ਤੇ ਉਹਨਾਂ ਦੀਆਂ ਯਾਦਾਂ ਜਿਹੜੀਆਂ ਇਹਨਾਂ ਪਲੇਟਾਂ ਵਿੱਚ ਇਹਨਾਂ ਗਲਾਸਾਂ ਵਿੱਚ ਬਸਤੀਆਂ ਲਈਆਂ ਚਾਚਾ ਇਹ ਜ਼ਰਾ ਸੌਂ ਜੁਕੇ ਸੁੱਥਾ ਹੈ ਜੀ ਤਾਂ ਇੱਥੇ ਦੀਆਂ ਯਾਦਾਂ ਹੋਈਆਂ ਸੋਈਆਂ ਬਿਲਕੁਲ ਦੇਸੀ ਯਾਦਾਂ ਬਿਲਕੁਲ ਜ਼ਰਾ ਹੁਣ ਸੌਂ ਜੁਕੇ ਜਾ ਰਹੀ ਉਹ ਮੋਲ ਜਿਹੜਾ ਹੈ ਉੱਥੋਂ ਉੱਥੇ ਛੱਡੀ ਆਇਓ ਸਟੀਆਂ ਲੇਕਿਨ ਇਹ ਯਾਦਾਂ ਨਹੀਂ ਉੱਥੇ ਮਾੜਾ ਕੋਸ਼ਿਸ਼ ਅਸਾਂ ਕਰਨੇ ਹਾਂ ਕਿ ਹਰ ਕਿਸਮ ਦੀ ਯਾਦਾਂ ਉੱਥੇ ਖੜਾ ਲੱਗਣ ਪਾਕਿਸਤਾਨ ਜਾਂ ਕਸ਼ਮੀਰ ਦੀਆਂ ਯਾਦਾਂ ਉੱਥੇ ਉਸ ਮਜ਼ੇ ਹੀ ਕੁਝ ਹੋਰ ਇੱਥੇ ਹੁਣ ਦੇਸੀ ਸਭ ਮੋਹਰੀ ਚਾਹੀਦਾ ਕਿ ਘਰ 'ਚ ਕੋਈ ਹੋਰ ਵੀ ਦੇਸੀ ਯਾਦਾਂ ਰੱਖੀਆਂ ਉਹਨਾਂ ਕੋਲ ਬਿਲਕੁਲ ਯਾਦਾਂ ਰੱਖੀਆਂ ਤੁਸੀਂ ਦੱਸੋ ਕਿਆ ਰੱਖਿਆ ਉਹਨੇ ਉਹ ਫਿਰ ਤੁਸੀਂ ਮਾੜਾ ਤਾਂ ਸਪਰਾਈਜ਼ ਜ਼ਰਾ ਸੀਨ ਅਗਲੇ ਇਹ ਸਪਰਾਈਜ਼ ਹੋਸੀ ਤੇ ਯੂਟਿਊਬ ਚੈਨਲ ਤੱਕ ਸੋ ਤੋਂ ਦਾ ਮਜ਼ੀਦ ਸਬਸਕ੍ਰਾਈਬ ਵੀ ਕਰ ਸੋ ਤੇ ਬਾਕੀ ਹੁਣ ਸਾਰੇ ਸ਼ਿਦਾਰੇ ਵੀ ਆਸੋ ਵੀ ਤੱਕੋ ਹੁਣ ਦਾਜੇ ਜੇ ਕੋ ਜਾਈ ਗਿਆ ਸਮਝੋ ਹੁਣ ਤੁਸੀਂ ਚੱਕੀ ਕਿ ਨਾ ਜੀ ਕਿਹਦਾ ਬਣਦਾ ਆ ਮਾਸ਼ਾਅੱਲਾ ਚਾਹੇ ਕੋਈ ਬੰਦੇ ਵੀ ਜਾਂ ਬਰਮ ਹੋਏ ਨੇ ਇਹ ਇਹ ਸਰ ਜਿਹਨਾਂ ਨੇ ਨਿਆਜ਼ ਹੈ ਅੱਛਾ ਇਹ ਮਾਰੂ ਤੇ ਯਰਮੀਆ ਦੋਸਤਾਂ ਨੇ ਗਾਲ ਗਏ ਸਰ ਅੱਛਾ ਉਹਨਾਂ ਅੱਜ ਬੁਲਾਇਆ ਸੀ ਨਿਆਜ਼ਾਂ ਦਿੱਤੀਆਂ ਉਹਨਾਂ ਅੱਜ ਤਾਂ ਉਹਨਾਂ ਨੇ ਕਰੇ ਚਾਵਲ ਲਏ ਪਰ ਇਹ ਕਿ ਇਹ ਉਥੋਂ ਨਿਆਜ਼ ਨੇ ਚਾਵਲ ਆਏ ਪਰ ਜਿਸ ਚੀਜ਼ ਇਹ ਪੇ ਨਾ ਇਸੇ ਬੰਦੇ ਸੰਤਰਾਏ ਬੇਦ ਖਾਸਾ ਉਸ ਜਾ ਮੋਲ ਸੀ ਨਾ ਉਹ ਆਪਣੇ ਸਪਰਾਣੇ ਦੌੜੇ ਸਾਰੇ ਬੇਦੇ ਕਵਰੀ ਖਾਣਾ ਨਾ ਸਭ ਇਕੱਠਿਆ 100% ਪਿਆਰ ਮੁਹੱਬਤ ਨਾਲ